ਅਤੇ ਮੇਰੀ ਵਾਈਫ ਇੱਥੇ ਐਡਮਿਟ ਹੋਈ ਹੈ ਅਤੇ ਉਹਨਾਂ ਦਾ ਅਸੀਂ ਬੱਚੇ ਦਾ ਆਪਰੇਸ਼ਨ ਹੋਣ ਲਈ ਬੱਚੇ ਦਾ ਪ੍ਰੈਗਨੈਂਸੀ ਅਤੇ ਅਸੀਂ ਮਤਲਬ ਬਈ ਕਦੀ ਤਾਂ ਇੱਥੇ ਆਇਆ ਨਹੀਂ ਪਰ ਮੈਂ 2-3 ਦਿਨ ਹੋ ਗਏ ਇੱਥੇ ਇੱਥੇ ਸਿਸਟਮ ਇੱਦਾਂ ਇੰਨਾ ਗੰਦਾ ਸਿਸਟਮ ਹੈ ਨਾ ਇੱਥੇ ਵੇਖਿਆ ਜਾਵੇ ਵੀ ਇੱਥੇ ਕਈਆਂ ਦੇ ਬੱਚੇ ਮੈਂ ਵੇਖੇ ਆ ਵੀ 2-2 ਦਿਨ ਦੇ ਬੱਚੇ ਹੋਣੇ ਉਹ ਕਿ ਬਾਹਰ ਹੀ ਲੈ ਕੇ ਪਈ ਉਹਨੇ ਇੱਥੇ ਕੋਈ ਡਸਟਬਿਨ ਤੁਹਾਨੂੰ ਲਗਾ ਕੇ ਲੱਭੂਗਾ ਨਹੀਂ ਨੰਬਰ 2 ਜਿੱਥੇ ਇਹਨਾਂ ਨੇ ਭਾਂਡੇ ਧੋਣੇ ਉੱਥੇ ਜਿਹੜੇ ਲੱਗੇ ਆ ਉੱਥੇ ਭਾਂਡੇ ਧੋਣੇ ਉੱਥੇ ਗੰਦਗੀ ਇੰਨੀ ਜ਼ਿਆਦਾ ਹੈ ਨਾ ਉੱਥੇ ਮੈਂ ਨਾ ਜਿਹੜਾ ਮਾੜੇ ਤੋਂ ਮਾੜਾ ਬੰਦਾ ਆਪਣੇ ਝੁੱਗੀ 'ਚ ਰਹਿੰਦਾ ਉਹ ਵੀ ਨਹੀਂ ਇੱਥੇ ਇੰਨੀ ਗੰਦਗੀ ਪਾਉਂਦਾ ਜਿਹੜਾ ਇੱਥੇ ਸਿਸਟਮ ਚੱਲਣ ਡਿਆ ਇੱਥੇ ਇੱਥੇ ਬਾਥਰੂਮਾਂ 'ਤੇ ਜਾ ਕੇ ਵੇਖਿਓ ਵੀ ਇੰਨੀ ਗੰਦਗੀ ਅੰਦਰ ਹੈ ਨਾ ਅਤੇ ਅੱਜ ਤਾਂ ਸਫਾਈ ਦੇ ਵੱਟ ਇੰਨੇ ਜ਼ਿਆਦਾ ਨਿਕਲੇ ਪਤਾ ਨਹੀਂ ਕਿਉਂ ਨਿਕਲੇ ਆ ਅਸੀਂ ਆਪ ਪਰੇਸ਼ਾਨ ਵਾਂ ਅਤੇ ਬਾਕੀ ਦੀ ਵੇਖੋਗੇ ਉੱਪਰ ਚੜ੍ਹ ਕੇ ਜਾ ਕੇ ਮਤਲਬ ਜਿੱਥੇ ਬੀਬੀਆਂ ਦੇ ਆਪਰੇਸ਼ਨ ਹੋਏ ਨਾ ਬੱਚੇ ਵਾਲੀਆਂ ਦੇ ਉੱਥੇ ਵੇਖੋ ਵੀ ਪੱਖੇ ਆਪ ਲੈ ਕੇ ਆਏ ਆ ਅਤੇ ਅੱਜ ਕਿਉਂ ਸਫਾਈ ਹੋਈ ਹੈ ਅੱਜ ਮੈਨੂੰ ਨਹੀਂ ਪਤਾ ਮੈਂ ਖੁਦ ਬਹੁਤ ਹੈਰਾਨਾ ਵੀ ਅੱਜ ਇੰਨੀ ਸਫਾਈ ਕਿਉਂ ਆ ਅਤੇ ਇਹ ਵੇਖੋ ਵੀ ਦੂਜੀ ਗੱਲ ਇਹ ਆ ਵੀ ਸਰਕਾਰ ਨੂੰ ਚਾਹੀਦਾ ਵਾ ਵੀ ਜੇ ਡਾਕਟਰਾਂ ਵਾਸਤੇ ਇਕੱਲੇ ਇਕੱਲੇ ਡਾਕਟਰ ਵਾਸਤੇ ਏ ਸੀ ਹੈ ਹੈ ਨਾ ਅਤੇ ਦੂਜਿਆਂ ਵਾਸਤੇ ਏ ਸੀ ਆ ਅਤੇ ਜਿਹੜੇ ਬੱਚੇ ਜਿਹਨਾਂ ਬੱਚਿਆਂ ਬੈਠਣ ਜਨਾਨੀਆਂ ਉਹ 'ਚ ਜ਼ਿਆਦਾ ਸੀਰੀਅਸ ਆ ਉਹਨਾਂ ਵਾਸਤੇ ਏ ਸੀ ਕਿਉਂ ਨਹੀਂ ਲਾਉਂਦਾ ਹੈਗਾ ਉਹ ਆਪਣੇ ਪੱਖੇ ਘਰੋਂ ਲੈ ਕੇ ਆਏ ਕੀ ਗੱਲ ਸਰਕਾਰ ਜਾਂ ਤਾਂ ਸਰਕਾਰ ਕੰਮ ਨਹੀਂ ਕਰਦੀ ਜੇ ਸਰਕਾਰ ਕੰਮ ਕਰਨ ਡਈ ਆ ਤਾਂ ਜਾਂ ਫਿਰ ਜਿਹੜੇ ਜਿਹੜੇ ਉੱਪਰ ਅਫਸਰ ਬੈਠੇ ਆ ਜੋ ਵੀ ਆ ਜਾਂ ਉਹ ਨਹੀਂ ਕਰਨ ਡੇ ਕੱਲ੍ਹ 15 ਅਗਸਤ ਦੀ ਅਤੇ ਬੜੇ ਅਫਸਰ ਆਏ MLA ਸਾਹਿਬ ਵਾਲੀ ਕੋਲ ਮੈਨੂੰ ਤਾਂ ਪਤਾ ਨਹੀਂ ਆਏ ਬੜੇ ਹਾਰ ਇਨਾਮ ਦੇਣ ਡੇ ਪਰ ਮੈਨੂੰ ਉੱਥੇ ਸ਼ਰਮ ਇਹ ਗੱਲ ਦੀ ਆਉਂਦੀ ਸੀ ਵੀ ਅੰਦਰ ਜਾ ਕੇ ਤਾਂ ਦੇਖੋ ਇਨਾਮ ਦੇ ਕੇ ਜਨ ਗਣ ਮਨ ਬੋਲ ਕੇ ਚਲੇ ਗਏ ਵੀ ਚਲੋ ਜੀ ਅਸੀਂ ਜਨ ਗਣ ਬੋਲ ਲਿਆ ਵਾ ਤੁਹਾਨੂੰ ਮੈਡਲ ਮਿਲ ਗਏ ਅਖਬਾਰ 'ਚ ਕਮ ਸੇ ਕਮ ਹੁਣ ਤਾਂ ਫਰਜ਼ ਬਣਦਾ ਵਾ ਜੇ ਪਬਲਿਕ ਨੇ ਕਿ MLA ਨੂੰ ਚੁਣਿਆ ਵਾ ਜਾਂ ਕੋਈ ਪੋਸਟ ਲਈ ਆ ਸਰਕਾਰੀ ਆ ਜੇ ਸਰਕਾਰ ਇਹਨਾਂ ਨੂੰ ਚੰਗੀ ਟੋਪ ਦੀ ਸੈਲਰੀ ਦੇਣ ਡੀ ਆ ਜੇ ਇਹਨਾਂ ਨੂੰ ਹਰ ਚੀਜ਼ ਅਵੇਲੇਬਲ ਆ ਤਾਂ ਫਿਰ ਜਿਹੜੇ ਇਹ ਜਨਤਾ ਵਾ ਜਨਤਾ ਨੂੰ ਕਿਉਂ ਨਹੀਂ ਅਵੇਲੇਬਲ ਹੈਗਾ ਕੀ ਗੱਲ ਜਾਂ ਸਰਕਾਰ ਸੁੱਤੀ ਹੈ ਜਾਂ ਇਹ ਸੁੱਤੀ ਹੈ ਅਤੇ ਜਾਂ ਡਾਕਟਰੀ ਹੈ ਹੀ ਢੀਠ ਵਾ ਅਤੇ ਜਾਂ ਸਰਕਾਰ ਢੀਠ ਵਾ ਇਹ ਪਤਾ ਡਾਕਟਰ ਕਰਪਸ਼ਨ ਕਰ ਰਹੇ ਆ ਅਤੇ ਜਾਂ ਉੱਪਰ ਕਰਪਸ਼ਨ ਹੋ ਰਹੀ ਹੈ ਜੇ ਸਰਕਾਰ ਪੂਰੀ ਫੈਸਿਲਿਟੀ ਦੇ ਰਹੀ ਤਾਂ ਇਹਨਾਂ ਤੱਕ ਨਹੀਂ ਪਹੁੰਚ ਰਹੀ ਇਹ ਪਤਾ ਨਹੀਂ ਕੀ ਗੱਲ ਇਹ ਬਾਕੀ ਮੈਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੂੰਗਾ ਭਾਵੇਂ ਮਾਨ ਸਾਹਿਬ ਆ ਕੋਈ ਵੀ ਆ ਅੱਜ ਤੱਕ ਕੋਈ ਸਰਕਾਰ ਇਹੋ ਜਿਹੀ ਆਈ ਨਹੀਂ ਜਿਹਨੇ ਕੋਈ ਚੰਗਾ ਕੰਮ ਕੀਤਾ ਹੋਵੇ ਅਤੇ ਜਾਂ ਜੇ ਕੋਈ ਸਰਕਾਰ ਚੰਗਾ ਕੰਮ ਕਰਦੀ ਜਾਂ ਥਰੜੇ ਕੰਮ ਨਹੀਂ ਕਰਦੇ ਅਤੇ ਇਸ ਵਾਸਤੇ ਮੈਂ ਚਾਹੁੰਦਾ ਵੀ ਜਿਹੜੀ ਫੈਸਿਲਿਟੀ ਸਰਕਾਰ ਦੇ ਰਹੀ ਆ ਜੇ ਨਹੀਂ ਦਿੰਦੀ ਜੇ ਉਹ ਜੋ ਦੇਣੀ ਚਾਹੀਦੀ ਉਹ ਦੇਵੇ ਜੇ ਦਿੰਦੀ ਆ ਤਾਂ ਜਿਹੜੇ ਅੱਗੇ ਬੈਠੇ ਆ ਉਹਨਾਂ ਤੱਕ ਪਹੁੰਚਾਈ ਜਾਵੇ ਠੀਕ ਹੈ ਜੀ ਠੀਕ ਹੈ ਮੰਨਣਾ ਵੀ ਕੋਈ ਡਾਕਟਰ ਵਧੀਆ ਵੀ ਹੈ ਕੋਈ ਮਾੜੇ ਵੀ ਹਰ ਸਹੀ ਹੁੰਦੇ ਸਾਰੇ ਗਲਤ ਨਹੀਂ ਹੁੰਦੇ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀ ਪਰ ਇੱਥੇ ਸਿਸਟਮ ਇੰਨਾ ਗੰਦਾ ਵਾ ਇੱਥੇ ਵੇਖੋ ਵੀ ਜੇ ਕਿਸੇ ਦਾ ਬੱਚਾ ਕੋਈ ਕਿਹੜਾ ਹਸਪੀਟਲ ਹੈ ਕੋਈ ਬੱਚਾ ਬਿਮਾਰ ਹੈ ਨਾ ਇਹ ਹਸਪੀਟਲ ਕਿਹੜਾ ਹੈ ਇਹ ਹਸਪੀਟਲ ਬਟਾਲਾ ਸਿਵਲ ਬਟਾਲਾ ਕਹਿੰਦੇ ਗੁਰਦਾਸਪੁਰ ਸਿਵਲ ਹਸਪੀਟਲ ਬੱਬਰੀ ਠੀਕ ਹੈ ਜੀ ਅਤੇ ਇਹ ਵੇਖੋ ਮੇਰੀ ਗੱਲ ਸੁਣੋ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਕੋਈ ਕਿਸੇ ਦਾ ਬੱਚਾ ਮਰ ਕੋਈ ਨਾਲ ਆਇਆ ਵਾ ਜਾਂ ਬੱਚਾ ਹੁਣ ਇੱਕ ਦੋ ਬੰਦੇ ਦੇ ਨਾਲ ਆਉਂਦਾ ਹੁੰਦਾ ਵਾ ਉਹਦੇ ਵਾਸਤੇ ਕੋਈ ਨਹਾਉਂਦਾ ਕੋਈ ਮੈਂ ਨਾ ਵੀ ਭਾਂਡੇ ਧੋਂਦਾ ਕੋਈ ਹੱਥ ਧੋਂਦਾ ਕੋਈ ਇੱਥੇ ਸਿਸਟਮ ਕੋਈ ਨਹੀਂ ਹੈਗਾ ਭਾਂਡੇ ਨਾ ਮੈਂ ਨਾ ਵੀ ਐਡੇ ਵੱਡੇ ਹੋਸਪਿਟਲ ਲੱਖਾਂ ਰੁਪਏ ਸਰਕਾਰ ਨੇ ਲੈ ਨਹਾਉਣ ਵਾਸਤੇ ਫੈਸਿਲਿਟੀ ਤਾਂ ਚਾਹੀਦੀ ਹੈ ਨਾ ਆਹ ਵੇਖ ਲਓ ਕਿੱਡਾ ਵੱਡਾ ਹੋਸਪਿਟਲ ਹੈ ਇੱਥੇ ਇੱਕਦਮ ਡਸਟਬਿਨ ਨਹੀਂ ਮਿਲੂਗਾ ਇੱਕ ਡਸਟਬਿਨ ਕੀ ਹੁੰਦਾ ਜਾਂ ਆਉਂਦੇ ਜਾਂ ਇਹ ਨਹੀਂ ਰੱਖਦੇ ਕਮ ਸੇ ਕਮ ਨਹਾਉਣ ਵਾਸਤੇ ਜਨਤਾ ਨੂੰ ਕਰੋ ਚਾਹੀਦਾ ਆਹ ਵਾਟਰ ਕੂਲਰ ਵੇਖੋ ਪਏ ਜਿੰਨੀ ਗੰਦਗੀ ਜਿੱਥੇ ਮੈਂ ਉਹ ਵੀ ਨਹੀਂ ਪਾਣੀ ਪੀਂਦੇ ਜਾਂ ਝੁੱਗੀ ਚੱਲੀਦੇ ਆਪ ਵੀ ਕੈਮਰਾ ਮਾਰ ਕੇ ਵੇਖ ਸਕਦੇ ਜੀ ਕਿੰਨਾ ਬੁਰਾ ਹਾਲ ਕਿੰਨੀ ਗੰਦਗੀ ਹੈ ਅਤੇ ਮੈਂ ਚਾਹੁੰਦਾ ਵੀ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਜਾਂ ਜਿਹੜੇ ਕਰਮਚਾਰੀ ਆ ਜੇ ਨਹੀਂ ਕੰਮ ਕਰਦੇ ਇਹਨਾਂ ਨੂੰ ਚੇਂਜ ਕਰੋ ਇੰਨੀ ਪੜ੍ਹੇ ਲਿਖੇ ਮੁੰਡੇ ਆ ਉਹਨਾਂ ਨੂੰ ਉਹ ਮੁੰਡੇ ਭਰਤੀ ਕਰੋ ਜਿਹੜੇ ਕੰਮ 'ਤੇ ਕਰਨ ਜੇ ਇਹਨਾਂ ਨੂੰ ਇੰਨੀਆਂ ਤਨਖਾਹਾਂ ਸੈਲਰੀਆਂ ਦੇਣ ਜੇ ਫੈਸਿਲਿਟੀਆਂ ਗੱਡੀਆਂ ਸਭ ਕੁਝ ਦੇਣ ਜੇ ਅਤੇ ਕੰਮ ਕਿਉਂ ਨਹੀਂ ਜਨਤਾ ਤੱਕ ਚੀਜ਼ ਕਿਉਂ ਨਹੀਂ ਚੀਜ਼ ਪਹੁੰਚਣ ਦੀ ਅਤੇ ਮੈਂ ਬੇਨਤੀ ਕਰਦਾ ਵਾਂ ਜਾਂ ਸਰਕਾਰ ਕੰਮ ਕਰੇ ਜੇ ਇਹ ਨਹੀਂ ਕੰਮ ਕਰਦੇ ਇਹਨਾਂ ਨੂੰ ਸੈਰ 'ਤੇ ਇਹਨਾਂ ਨੂੰ ਸਸਪੈਂਡ ਡਿਸਮਿਸ ਹੀ ਕਰੋ ਅਤੇ ਨਵੇਂ ਮੁੰਡੇ ਰੱਖੋ ਜਿਹੜੇ ਕੰਮ ਸੇ ਕੰਮ ਅਤੇ ਪਬਲਿਕ 'ਤੇ ਖੁਸ਼ ਰਹੇ ਦੁਨੀਆ ਵੈਸੇ ਸਾਰੀ ਹਰ ਘਰ ਪ੍ਰੋਬਲਮ ਹੈ ਦੁਨੀਆ ਸਾਰੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਮੈਂ ਵੀ ਮੈਂ ਹਾਂ ਮੇਰੇ ਘਰ ਕੀ ਪ੍ਰੋਬਲਮ ਹੈ ਉਹਦੇ ਘਰ ਕੀ ਪ੍ਰੋਬਲਮ ਬਹੁਤ ਜ਼ਿਆਦਾ ਵਾ ਅਤੇ ਜੇ ਇੱਥੇ ਆ ਕੇ ਅਸੀਂ ਫਿਰ ਸਾਨੂੰ ਪ੍ਰੋਬਲਮ ਦਾ ਫਿਰ ਸਾਹਮਣਾ ਕਰਨਾ ਪੈਂਦਾ ਵਾ ਅਤੇ ਬੰਦੇ ਨੇ ਪਤਾ ਨਹੀਂ ਕੀ ਕਰਨਾ ਦੁਨੀਆ ਦੁਖੀ ਬਹੁਤ ਜ਼ਿਆਦਾ
ਵਾਰਡਾਂ ਵਿੱਚ ਪੱਖੇ ਸ਼ਾਇਦ ਕੋਈ ਸਾਡਾ ਵੱਧ ਨਹੀਂ ਹੈ ਪੱਖੇ, ਪਰ ਸਿਰਫ ਕਰਕੇ ਸਾਡੇ ਪੇਸ਼ੈਂਟ ਜ਼ਿਆਦਾ ਨੇ ਅਤੇ ਸਾਡੇ ਕੋਲ ਵਾਰਡ ਸਪੇਸ ਘੱਟ ਹੋਏ, ਬੈੱਡ ਜ਼ਿਆਦਾ ਨੇ ਕਿਉਂਕਿ ਦਸ 12 ਬੈੱਡ ਲੱਗੇ ਹੋਏ ਆ, ਸਿਰਫ ਪੱਖੇ 4 ਲੱਗੇ ਹੋਏ ਯੂਜ਼ ਕਰਨਾ, ਫਿਰ ਲੋਕਾਂ ਨੇ ਸਾਡੀ ਸਥਿਤੀ ਸੀ, ਅਸੀਂ ਆਪਣਾ ਪੱਖਾ ਰਹਿ ਅਸੀਂ ਅਲਾਓ ਕਰਦਾ ਕਿ ਪੱਖਾ ਸਾਡਾ ਅਸੀਂ ਅਲਾਓ ਕੀਤਾ ਹੈ, ਅਦਰਵਾਈਜ਼ ਪੱਖੇ ਸਾਡੇ ਖਰਾਬ ਨਹੀਂ ਹੈ ਕਿ ਜਦੋਂ ਵਾਰਡ 'ਚ ਪੇਸ਼ੈਂਟ ਜ਼ਿਆਦਾ ਨੇ ਬੈੱਡ ਜ਼ਿਆਦਾ ਨੇ ਤਾਂ ਪੱਖੇ ਘੱਟ ਨੇ ਥੋੜ੍ਹੇ, ਜੋ ਇਸ ਵਾਰ 9 ਪੱਖੇ 4 ਲੱਗੇ ਸੀ ਉੱਪਰ ਸਪੇਸ 4 ਪੱਖਿਆਂ ਦੀ ਹੈ, ਆਪਣੇ ਪੇਸ਼ੈਂਟ ਨੂੰ ਆਪਣੇ ਬੈੱਡ ਪੱਖੇ ਲੈ ਕੇ ਆ ਰਹੇ ਸੀ ਅਲਾਓ ਕੀਤਾ ਪੱਖੇ ਲੈ ਕੇ। ਜਿਹੜਾ ਆਈ ਸੀ ਯੂ ਦੀ ਗੱਲ ਕੀਤੀ ਜਾਵੇ, ਆਈ ਸੀ ਯੂ ਦੇ ਏ ਸੀ ਖਰਾਬ ਨੇ, ਉੱਥੇ ਵੀ ਆਪਣੇ ਪੱਖੇ ਲੈ ਕੇ ਆਏ? ਨਹੀਂ, ਆਈ ਸੀ ਹਾਂ ਪ੍ਰੋਬਲਮ ਆ ਰਹੀ ਸੀਗੀ, ਆਈ ਸੀ ਦੀ ਏ ਸੀ ਠੀਕ ਕਰਵਾਇਆ ਸੀ ਪਰ ਪਿੱਛੇ, ਔਰ 24 ਚੱਲਦੇ ਰਹਿਣ ਕਰਕੇ ਉਹਨਾਂ ਦੇ ਜਿਹੜੇ ਫੈਨ ਆ ਦੁਬਾਰਾ ਉਹ ਕੰਪਰੈਸਰ ਸੜ ਗਏ ਸਾਰੇ, ਅਸੀਂ ਉਹ ਸਾਰੇ ਆਈ ਸੀ ਦੇ ਕੰਪਰੈਸਰ ਕਿੰਨੀ ਦੇਰ ਤੋਂ ਸੜਿਆ ਜੀ, ਕਿੰਨੀ ਦੇਰ ਤੋਂ ਇਹ ਏ ਸੀ ਖਰਾਬ? ਪਹਿਲਾਂ ਏ ਸੀ ਠੀਕ ਕਰਵਾਏ ਸੀਗੇ, ਥੋੜ੍ਹੇ ਦਿਨ ਦੁਬਾਰਾ ਬੰਦ ਹੋ ਗਏ ਆ, ਹੁਣ ਦੁਬਾਰਾ ਬੁਲਾਇਆ ਸੀ। ਆਈਡੀਆ ਕਿੰਨੇ ਦਿਨ ਹੋ ਗਏ ਹੋਣਗੇ? ਹਫ਼ਤਾ ਕੁ ਹੋ ਗਿਆ, ਅਤੇ ਉਹ ਕੰਪਰੈਸਰ 3 ਠੀਕ ਕਰ ਦਿੱਤੇ, ਅਸੀਂ 3 ਜਿਹੜੇ ਕੰਪਰੈਸਰ ਪਰਮਾਨੈਂਟ ਖਰਾਬ ਹੋ ਗਏ ਅਤੇ ਨਵੇਂ ਆ ਗਏ, ਅੱਜ ਹੀ ਵਾਜ ਜਾਣਾ ਸਰ। ਡਸਟਬਿਨ ਨਹੀਂ ਕਿਤੇ ਵੀ ਵਾਰਡ ਦੇ ਵਿੱਚ? ਉਹਦੀ ਪ੍ਰੋਸੈਸ ਲਿਖਿਆ, ਉਹਦੀ ਪ੍ਰੋਸੈਸ ਜਲਦੀ ਕਰਵਾ ਰਹੇ ਸਾਰੇ। ਅਤੇ ਸਫਾਈ ਬਾਰੇ ਕਹਿੰਦੇ, ਸਫਾਈ ਬੜੀ ਵੱਡੀ ਪ੍ਰੋਬਲਮ ਹੈ, ਕਿਹਾ ਕੀਤੀ ਬਾਥਰੂਮ ਬਾਰੇ? ਸਫਾਈ ਸਾਡੇ ਸਲੀਪਰਸ ਪੂਰੀ ਜਿਹੜੇ 24/5 ਸਾਡੇ ਕੋਲ ਸਲੀਪਰਸ ਹੈਗੇ ਨੇ, ਸਾਡੇ 24 ਘੰਟੇ ਡਿਊਟੀ ਕਰ ਰਹੇ ਨੇ, ਪਰ ਥੋੜ੍ਹੀ ਪ੍ਰੋਬਲਮ ਪਬਲਿਕ ਪ੍ਰੋਬਲਮ ਸਰ, ਪਬਲਿਕ ਦੀ ਹੈ ਪ੍ਰੋਬਲਮ ਥੋੜ੍ਹੀ ਜਿਹੀ, ਪੇਸ਼ੈਂਟ ਸਾਡੀ ਬੈੱਡ ਕਪੈਸਿਟੀ ਪੇਸ਼ੈਂਟ ਡਬਲ ਨੇ ਇੱਥੇ, ਸਾਡਾ 100 ਬੈੱਡ ਹੈ ਅਤੇ ਪੇਸ਼ੈਂਟ 200 ਲਗਭਗ 200 ਨੇ, ਉਹ ਸਰ ਸਾਡੀ ਪ੍ਰੋਬਲਮ ਆ ਰਹੀ ਸਰ। ਇਹ ਪਬਲਿਕ ਪ੍ਰੋਬਲਮ ਕ੍ਰੀਏਟ ਕਰ ਰਹੀ ਆ, ਕਿ ਪਬਲਿਕ ਨੂੰ ਕੁਛ ਸਮਝ ਕਿਹੜੀ ਕਮੀ ਜ਼ਿਆਦਾ ਮਹਿਸੂਸ ਕਰ ਰਹੀ ਹੈ? ਜੇ ਪਬਲਿਕ ਖਰਾਬ ਕਰ ਰਹੀ ਹੈ ਤਾਂ ਪ੍ਰੋਬਲਮ ਕਿੱਥੇ ਕ੍ਰੀਏਟ ਕਰ ਰਹੀ, ਪਬਲਿਕ ਖਰਾਬ ਕਰ ਰਹੀ ਕਿ ਜਾਂ ਆਪਣੇ ਕਮਜ਼ੋਰੀਆਂ ਨਜ਼ਰ ਆ ਰਹੀਆਂ? ਨਹੀਂ, ਸਾਡੇ ਪਤਾ 24 ਘੰਟੇ ਡਿਊਟੀ ਲੱਗੇ ਕਰਦੇ ਨੇ, ਸਫਾਈ ਕਰਨ ਲੱਗੇ ਹੋਏ। ਹਾਂਜੀ, ਪਰ ਉਹੀ ਗੱਲ ਕਿ ਪਬਲਿਕ ਪੇਸ਼ੈਂਟ ਨਾ ਕੋਈ, ਜੇ 200 ਪੇਸ਼ੈਂਟ ਨੇ ਸਾਡੇ ਕੋਲ, 150-200 ਪੇਸ਼ੈਂਟ ਨੇ, ਉਹਦੇ ਨਾਲ ਕੋਈ 300-400 ਪਬਲਿਕ ਰੈਲਟੀਜ਼ ਹੋਣਗੇ ਸਾਰੇ। ਹਾਂਜੀ, ਲੋਕ ਆਪਣੇ ਬਾਥਰੂਮ ਕਹਿੰਦੇ ਬਾਥਰੂਮ ਠੀਕ ਕਰਾਉਂਦੇ, ਬਾਥਰੂਮ ਨਹੀਂ ਯੂਜ਼ ਕਰਦੇ, ਰਾਤ ਅੱਧੀ ਰਾਤ ਨੂੰ ਉੱਥੇ ਬਾਥਰੂਮ ਨਾਲ ਸਾਡੇ ਸਟੈਪ 'ਤੇ ਬਾਥਰੂਮ ਕਰ ਦਿੰਦੇ, ਅਸੀਂ ਕਾਫੀ ਕਰ ਲਏ ਉਹਨਾਂ ਧਿਆਨ ਨਾਲ ਕਰਨ ਵਾਸਤੇ, ਅਤੇ ਅਸੀਂ ਲਿਖਿਆ ਵੀ ਹੈਗਾ ਐਕਸਟਰਾ ਬਾਥਰੂਮ ਦੇ ਕੱਟ ਨੇ ਥੋੜ੍ਹੇ, ਬਾਥਰੂਮ ਅਟੈਂਡੈਂਟ ਵਾਸਤੇ ਬਾਥਰੂਮ ਕਰਾਏ ਜਾਂਦੇ। ਡਾਕਟਰ ਕੀ ਬਾਰੇ ਕਹਿ ਰਹੇ ਆ? ਡਾਕਟਰ ਕੀ ਕਹਿ ਰਹੇ ਇਹਦੇ ਬਾਰੇ? ਡਾਕਟਰ ਤੇ ਉਹ ਤੇ ਕਹਿੰਦੇ ਕਿ ਸਾਡੇ ਕੋਲ ਸਟਾਫ ਘੱਟ ਆ, ਸਟਾਫ ਘੱਟ ਆ, ਵੀ 104 ਨੰਬਰ 'ਤੇ ਫੋਨ ਕੀਤਾ ਸੀ। ਹਾਂਜੀ, ਉਹ ਵੀ ਕਹਿੰਦੇ ਕਿ ਨਹੀਂ, ਉਹਨਾਂ ਨੇ ਵੀ ਕੋਈ ਗੱਲ ਉਸ ਉਹੋ ਜਿਹੀ ਸੁਣੀ ਨਹੀਂ ਹੈਗੀ। ਕਿੱਥੋਂ ਆਏ ਹੋ? ਕਲੰਦਰ ਤੋਂ ਆਏ ਹੋ? ਕਿਹੜਾ ਹਸਪਤਾਲ ਆ? ਗੁਰਦਾਸਪੁਰ ਸਿਵਲ ਹਸਪਤਾਲ। ਤੁਸੀਂ ਕੀ ਮੰਗ ਕਰਦੇ ਹੋ? ਮੰਗ ਇਹੋ ਹੀ ਆ ਵੀ ਜਿਹੜੇ ਮਰੀਜ਼ ਆ ਉਹਨਾਂ ਨੂੰ, ਉਹਨਾਂ ਦੀ ਸਹੂਲਤ ਵਾਸਤੇ ਜੇ ਜੋ ਵੀ ਪ੍ਰਬੰਧ ਇੱਥੇ ਹੋਣਾ ਚਾਹੀਦਾ। ਇੱਕ ਪਾਸੇ ਸਰਕਾਰ ਗਰੰਟੀ ਆ ਵੀ ਅਸੀਂ ਆਮ ਆਦਮੀ ਕਲੀਨਿਕ ਵਾਸਤੇ ਸਭ ਕੁਛ ਕੀਤਾ, ਨਵੇਂ ਉਹ ਖੁੱਲ੍ਹਣ ਦੇ ਆ, ਅਤੇ ਜਿਹੜੇ ਪੁਰਾਣੇ ਖੁੱਲ੍ਹੇ ਆ ਉਹਨਾਂ ਵਾਸਤੇ ਕੋਈ ਪ੍ਰਬੰਧ ਹੈ ਨਹੀਂ। ਜਿਹੜੇ ਪੁਰਾਣੇ ਖੁੱਲ੍ਹੇ ਉਹਨਾਂ ਨੂੰ, ਉਹਨਾਂ ਵਾਸਤੇ ਤਾਂ ਸਹੀ ਪ੍ਰਬੰਧ ਹੋਣਾ ਚਾਹੀਦਾ ਨਾ, ਨਵੇਂ ਚਲੋ ਬਾਅਦ ਖੁੱਲ੍ਹਣ ਦੀ ਵੱਖਰੀ ਗੱਲ ਆ, ਜਿਹੜੇ ਪੁਰਾਣੇ ਚੱਲਣ ਡੇ ਉਹਨਾਂ ਵਾਸਤੇ ਤਾਂ ਸਹੀ ਪ੍ਰਬੰਧ ਹੋਵੇ। ਹੁਣ 5 ਘੱਟੋ ਘੱਟ 7-8 ਏ ਸੀ ਲੱਗੇ ਇੱਥੇ, ਅਤੇ ਚੱਲਦਾ ਕੋਈ ਵੀ ਨਹੀਂ। ਆਹ ਜਿਹੜੇ ਪੱਖੇ 2-3 ਮਰੀਜ਼ਾਂ ਵਾਸਤੇ ਆ, ਦੇਖੋ ਆਹ ਵਿਚਾਰੇ ਰਾਤ ਨੂੰ ਮਰੀਜ਼ ਆ ਇੱਥੇ, ਅਤੇ ਰਾਤ ਨੂੰ ਇੱਥੇ ਸੌਂਦੇ ਆ ਪੱਖੇ ਥੱਲੇ ਆਪਣਾ ਬੈੱਡ ਛੱਡ ਕੇ। ਕਿਹੜੀ ਜਗ੍ਹਾ ਤੋਂ ਆਏ ਹੋ? ਰੇਜਵਾਰ ਤੋਂ। ਅੱਛਾ, ਕੀ ਤੰਗੀ ਤੁਹਾਨੂੰ ਪ੍ਰੋਬਲਮ ਇਸ 'ਤੇ ਆਏ ਹੋ? ਹਾਂਜੀ, ਥੱਲੇ ਸੌਂਦੇ ਹੋ? ਨਹੀਂ, ਇਹ ਆਈ ਸੀ ਯੂ ਆ, ਇੱਥੇ ਹਰ ਫੈਸਿਲਿਟੀ ਲੱਗੀ ਆ, ਇੱਥੇ ਏ ਸੀ ਵੀ ਲੱਗੇ ਆ ਜਾਂ? ਹਾਂਜੀ, ਕੋਈ ਨਹੀਂ ਜ਼ਿਆਦਾ
ਕੰਮ ਇਹ ਆ ਬੱਚਿਆਂ ਦੇ, ਜਿੱਥੇ ਬੱਚੇ ਦਾਖਲਾ ਨਾ, ਇੰਨਾ ਕੁ ਗੰਦਗੀ ਆ ਨਾ ਕੋਈ ਹਿਸਾਬ ਨਹੀਂ, ਬਾਥਰੂਮ ਇੰਨੇ ਗੰਦੇ ਆ ਨਾ ਬਹੁਤ ਜ਼ਿਆਦਾ, ਕਮਰਿਆਂ ਵਿੱਚ ਵੀ ਬਹੁਤ ਗੰਦਗੀ ਆ, ਸਫਾਈ ਇੱਕ ਵਾਰੀ ਕਰ ਦਿੰਦੀ ਮੁੜ ਕੇ ਦੁਬਾਰਾ ਆਉਂਦੀਆਂ ਹੀ ਨਹੀਂ ਆ। ਡਾਕਟਰ ਸਾਹਿਬ ਨੂੰ ਦੱਸਿਆ? ਡਾਕਟਰ ਸਾਹਿਬ ਨੂੰ ਅਸੀਂ ਬੋਲਦੇ ਹਾਂ, ਉੱਥੇ ਡਾਕਟਰ ਜਿਹੜੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਲਦੇ ਹਾਂ, ਕੁਛ ਨਹੀਂ ਬਾਥਰੂਮ ਵੀ ਉਹਨਾਂ ਪੱਖੇ ਵੀ ਬੰਦ ਆ, ਏ ਸੀ ਜਿਹੜੇ ਜਾ ਕੇ ਦੇਖਿਓ ਇੰਨੀ ਗੰਦਗੀ ਏ ਸੀਆਂ ਵਿੱਚ ਵੀ ਅਤੇ ਹਵਾ ਬਿਲਕੁਲ ਨਹੀਂ ਹੈਗੀ, ਏ ਸੀ ਇੱਕ ਲੱਗਾ ਵੀ ਆ। ਕੀ ਮੰਗ ਰੱਖਦੇ? ਅਸੀਂ ਇਹ ਕਹਿੰਦੇ ਹਾਂ ਵੀ ਚਲੋ ਸਹੂਲਤ ਹੋਣੀ ਚਾਹੀਦੀ, ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹ ਤਾਂ ਦੇਣ ਗੌਰਮੈਂਟ ਕਿ ਨਹੀਂ, ਗੌਰਮੈਂਟ ਨੂੰ ਦੇਣੀਆਂ ਚਾਹੀਦੀਆਂ ਕਿ ਦੇਣੀਆਂ ਚਾਹੀਦੀਆਂ, ਜੇ ਗੌਰਮੈਂਟ ਦਿੰਦੀ ਪਈ ਹੈ ਤਾਂ ਇਹ ਅੱਗੇ ਦਿੰਦੇ ਤਾਂ ਨਹੀਂ ਨਾ ਸਹੂਲਤਾਂ, ਇਹ ਤਾਂ ਤਨਖਾਹਾਂ ਲੈ ਰਹੇ ਆ ਨਾ। ਕੀ ਨਾਮ ਜੀ? ਹਾਂਜੀ, ਆਪਣਾ ਨਾਮ ਕੀ? ਕੁਲਵਿੰਦਰ ਕੌਰ।